ਸੋ ਹੁਣ ਗੱਲ ਕਰਦੇ ਆਂ ਥੋੜੀ ਐਲਬਮ ਦੀ ਜੀ ਸਾਰਾ ਕੁਝ ਤੁਸੀਂ ਬਹੁਤ ਕੰਮ ਕਰ ਲਿਆ ਹੁਣ ਫਾਈਨਲੀ ਐਲਬਮ ਆ ਰਹੀ ਹੈ ਜੀ ਕੀ ਕੁਝ ਸੁਣਨ ਨੂੰ ਮਿਲੇਗਾ ਐਲਬਮ ਚ ਕਦੋਂ ਆ ਰਹੀ ਹੈ ਐਂਡ ਕਿਉਂਕਿ ਐਕਸਪੈਕਟੇਸ਼ਨ ਸਾਰਿਆਂ ਦੀ ਬਹੁਤ ਹਾਈ ਹੈ ਜੀ 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 ਕਿਉਂਕਿ ਹਰ ਇੱਕ ਗੀਤ ਥੋੜਾ ਹਿੱਟ ਗਿਆ ਹੈ ਸੋ ਐਲਬਮ ਚ ਜੇ 10 ਗੀਤ ਨੇ ਤਾਂ 10 ਅਸੀਂ ਹਿੱਟ ਹੀ ਐਕਸਪੈਕਟ ਕਰ ਰਹੇ ਆ ਨਹੀਂ ਆਪਣੇ ਵੱਲੋਂ ਮੈਂ ਹਿੱਟ ਫਲॉप ਸੋਚ ਕੇ ਨਹੀਂ ਕਦੇ ਕੰਮ ਕਰਿਆ ਪਰ ਮੈਨੂੰ ਇਹ ਹੁੰਦਾ ਕਿ ਗੀਤ ਚੰਗਾ ਲੱਗੇ ਮੈਂ ਆਪਦੇ ਫਰੈਂਡ ਸਰਕਲ ਜਿਹੜਾ ਮੇਰਾ ਹੈਗਾ ਨਾ ਪੰਜ ਛੇ ਜਾਣਿਆਂ ਦਾ ਉਹਨਾਂ ਦੀ ਰਾਏ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਉਹ ਉਹਨਾਂ ਦੇ ਕੰਨ ਅੱਛੇ ਨੇ ਜਦੋਂ ਚੀਜ਼ ਸੁਣਦੇ ਆ ਨਾ ਤਾਂ ਮੈਂ ਉਹਨਾਂ ਨੂੰ ਸੁਣਾਉਣਾ ਹੁੰਦਾ ਫਾਈਨਲਾਈਜ਼ ਕਰਦਾ ਤੇ ਜਦੋਂ ਮੈਨੂੰ ਇਹ ਤਸੱਲੀ ਹੋ ਜਾਂਦੀ ਯਾਰ ਸਾਰਿਆਂ ਨੂੰ ਪਸੰਦ ਆ ਤਾਂ ਪਸੰਦ ਹੀ ਹੋਊਗਾ ਮੈਂ ਆਡੀਅנס ਪੁਆਇੰਟ ਆਫ View ਲੈ ਕੇ ਜ਼ਿਆਦਾ ਚੱਲਦਾ ਗਾਣਾ ਰਿਲੀਜ਼ ਕਰਨ ਤੋਂ ਵੀ ਪਹਿਲਾਂ ਤੇ 10 ਗਾਣੇ ਆ ਹਰ ਇੱਕ ਤਰ੍ਹਾਂ ਦਾ ਗਾਣਾ ਮਿਲੂਗਾ ਤੁਹਾਨੂੰ ਰੋਮਾਂਟਿਕ ਵੀ ਇਕੱਲਾ ਸੈਡ ਨਹੀਂ ਮਿਲੂਗਾ ਸੈਡ ਮੈਕ ਇੱਕ ਕਰੂੰਗਾ ਹਲੇ ਅੱਗੇ ਪਰ ਉੱਤੇ ਜ਼ਿਆਦਾ ਰੀਜ ਲਾਉਣੀ ਆ ਦੋ ਤਿੰਨ ਰੋਮਾਂਟਿਕ ਗਾਣੇ ਵੀ ਤੁਹਾਨੂੰ ਮਿਲਣਗੇ ਚੱਕਵੇਂ ਵੀ ਮਿਲਣਗੇ ਕਲੈਬੋਰੇਸ਼ਨਸ ਵੀ ਮਿਲਣਗੀਆਂ ਡੂ ਇਟ ਵੀ ਮਿਲਣਗੇ ਸੋ ਇਟਸ ਗਨ ਬੀ ਅ ਕੰਪਲੀਟ ਪੈਕੇਜ ਤੁਸੀਂ ਸਟਾਰਟ ਕਰਿਆ ਹੈ ਤੁਸੀਂ ਯੂ ਸਟਾਰਟਡ ਵਿਦ ਅ ਵੈਰੀ ਡਿਫਰੈਂਟ ਜਨਰ ਯੂ نو ਵੈਰੀ ਅਪਬੀਟ ਦੇ ਸੀਦਾ ਡਰਮ ਜਟ ਫੇਅਰ ਕਰਦਾ ਐਂਡ ਹੁਣ ਵੀ ਕੰਬੀਨੇਸ਼ਨ ਡਿਫਰੈਂਸ ਬਹੁਤ ਜ਼ਿਆਦਾ ਗੀਤ ਜਿਹੜੇ ਨੇ ਥੋੜੇ ਅਪਬੀਟ ਗਾਣੇ ਨੇ ਥੋੜੇ ਕੈਸਾ ਦਿਆ ਤਾਕੜ ਦੇ ਗੀਤ ਨੇ ਸੋ ਉਸ ਤੋਂ ਬਾਅਦ ਰੋਮਾਂਟਿਕ ਗੀਤ ਕਰਨਾ ਤੁਹਾਡੇ ਲਈ ਉਹ ਵੀ ਬਹੁਤ ਵਧੀਆ ਗਏ ਨੇ ਯੂ نو ਦੇਵ ਕਮ वेरी ਵੈਲ ਬਟ ਗੀਤ ਓ ਕਰਨਾ ਓਖਾਏ ਜਾਂ ਥੋੜਾ ਥੋੜਾ ਤਾਕੜ ਗੀਤ ਜਿਹੜਾ ਕਹਿ ਦਿੰਦੇ ਆ ਉਹ ਥੋੜਾ ਓਖਾਏ ਤੁਹਾਨੂੰ ਲੱਗਦਾ ਨਹੀਂ ਓਖਾ ਕੋਈ ਵੀ ਨਹੀਂ ਹੈ ਹਮ ਆਡੀਅנס ਮੇਰੇ ਤਾਕੜ ਗਾਣੇ ਸੁਣ ਕੇ ਜ਼ਿਆਦਾ ਖੁਸ਼ ਆ ਜਦੋਂ ਮੈਨੂੰ ਜ਼ਿਆਦਾ ਪਰ ਆਡੀਅנס ਮжоਰਿਟੀ ਆਫ ਮਾ ਆਡੀਅנס ਉਹ ਚਾਹੁੰਦੇ ਆ ਕਿ ਅਬ ਵੀਟੇ ਗਾਣਾ ਆਵੇ ਬਾਈ ਚੱਕਮੇ ਜਦੋਂ ਰੋਮਾਂਟਿਕ ਗਾਣਾ ਕਰਦਾ ਕਈ ਥੱਲੇ ਕਮੈਂਟ ਵੀ ਕਰਦੇ ਆ ਬਾਈ ਸਵਾਦ ਨਹੀਂ ਆਇਆ ਯਾਰ ਪਰ ਐਟ ਦ ਸੇਮ ਟਾਈਮ ਰੋਮਾਂਟਿਕ ਗਾਣਾ ਜਿੱਦਾਂ ਫੀਮੇਲ ਆਡੀਅנס ਆਪਾਂ ਕਹਿ ਸਕਦੇ ਆ ਜਾਂ ਜਿਹੜੇ ਮੁੰਡਿਆਂ ਨੂੰ ਮੈਲੋਡਿਕ ਗਾਣੇ ਪਸੰਦ ਆ ਜੀ ਜਾਂ ਆਡੀਅנס ਨੂੰ ਮੈਲੋਡਿਕ ਗਾਣੇ ਉਹ ਉਹਨਾਂ ਨੂੰ ਲਾਈਕ ਕਰਦੇ ਆ ਸੋ ਔਖਾ ਕੋਈ ਨਹੀਂ ਆ ਆਡੀਅנס ਦੇ ਹਿਸਾਬ ਨਾਲ ਮੈਂ ਕਰ ਲੈਣਾ ਗਾਣਾ ਕਿ ਯਾਰ ਹੁਣ ਦੋ ਤਿੰਨ ਚੱਕਮੇ ਦੇਤੇ ਇੱਕ ਰੋਮਾਂਟਿਕ ਵੀ ਕਰੀ ਹੈ ਨਾ ਜਿਹਨੂੰ ਤੁਸੀਂ ਆਰਟਿਸਟੋਂ ਤਾਂ ਤਨੂ ਵਰਸਟਾਈਲ ਹੋਣ ਦੀ ਹਰ ਰੋਸ ਟਰਾਈ ਕਰਨੀ ਚਾਹੀਦੀ ਹੈ ਸੋ ਦੈਟਸ ਵਟ ਆਮ ਟਰਾਈਂਗ ਐਂਡ ਬਾਕੀ ਰੱਬ ਦੇ ਅਮਿਤਪਤ ਤਾਕੜੀ ਗੀਤਾਂ ਦੀ ਗੱਲ ਕੀਤੀ ਹੈ ਤਾਂ ਇਹ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਟੱਚ ਅਪ ਕਰਾਂ ਗਨ ਵਾਇਲੈਂਸ ਗਾਣੀਆਂ ਦੇ ਵਿੱਚ ਜਿਹੜੀ ਹੋ ਰਹੀ ਹੈ ਬਹੁਤ ਜ਼ਿਆਦਾ ਵਾਇਲੈਂਸ ਬਹੁਤ ਜ਼ਿਆਦਾ ਕੰਟਰੋਵਰਸ਼ਲ ਹੋ ਰਿਹਾ ਹੈ ਨਹੀਂ ਗੀਤ ਵੈਸੇ ਮੈਂ ਤਾਂ ਇਹੀ ਕਹਿਨੀ ਹੈ ਕਿ ਐਂਟਰਟੇਨਮੈਂਟਲੀ ਗੀਤ ਬਣਦੇ ਨੇ ਐਂਡ ਸ਼ਾਇਦ ਪਰ ਕਿਹਾ ਜਾ ਰਿਹਾ ਹੈ ਕਿ ਆਪਣੀ ਥੋੜੀ ਜਿਹੀ ਯੰਗ ਜਨਰੇਸ਼ਨ ਹੈ ਪੰਜਾਬ ਦੀ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਹੀ ਹੈ ਗੀਤਾਂ ਤੋਂ ਐਂਡ ਜੋ ਗਨਸ ਯੂਜ਼ ਹੁੰਦੇ ਨੇ ਤੁਹਾਡੇ ਗੀਤਾਂ ਦੇ ਵਿੱਚ ਵੀ ਡੈਫੀਨਿਟਲੀ ਗਨਸ ਦਾ ਮੈਂਸ਼ਨ ਹੁੰਦਾ ਹੈ ਜਾਂ ਫਿਰ ਥੋੜੀ ਵਾਇਲੈਂਸ ਦਾ ਮੈਂਸ਼ਨ ਹੁੰਦਾ ਹੈ ਤੁਹਾਨੂੰ ਉਸ ਦੇ ਉੱਤੇ ਤੁਹਾਡਾ ਕੀ ਰਾਏ ਹੈ ਕਿ ਬਹੁਤ ਸਾਰਾ ਕੰਟਰੋਵਰਸ਼ੀਅਲ ਹੋ ਰਿਹਾ ਹੈ ਮੈਟਰ ਜਦੋਂ ਮੈਂ ਗਾਣਾ ਲਿਖਦਾ ਮੈਂ ਇੱਕ ਆਰਟਿਸਟ ਬਣ ਕੇ ਲਿਖਦਾ ਜਿਦਾਂ ਫਿਲਮਾਂ ਆਪਾਂ ਬਾਲੀਵੁੱਡ 'ਚ ਦੇਖਦੇ ਹਾਂ ਨਾ ਫਿਲਮਾਂ ਦੇ ਵਿੱਚ ਵੈਪਨ ਯੂਜ਼ ਕੀਤੇ ਜਾਂਦੇ ਆ ਉਹ ਇੱਕ ਸਿਨੇਮਾ ਉਹ ਇੱਕ ਚੀਜ਼ ਆ ਉਹਨੂੰ ਆਪਾਂ ਦੇਖਦੇ ਆਂ ਦੇਖੋ ਸਾਡੇ ਗਾਣੇ ਤਾਂ ਕੁਝ ਵੀ ਨਹੀਂ ਆ ਤੁਸੀਂ Netflix ਦੇਖਦੇ ਹੋ Netflix ਤਾਂ ਪੰਜਾਬੀ ਸਿੰਗਰ ਦਾ ਕੋਈ ਕਿਸੇ ਦਾ ਲੈਣ ਦੇਣ ਦੀ ਨਾ ਹੈ ਉਹ ਤਾਂ ਘਰ ਘਰ ਆ Netflix ਇੱਕ ਉਹਦਾਂ ਦਾ ਪਲੈਟਫਾਰਮ ਆ ਕਿ ਜਿਹੜੀ ਚੀਜ਼ ਆਪਾਂ ਸੈਂਸਰਡ ਕਿਤੇ ਰਿਲੀਜ਼ ਨਹੀਂ ਕਰ ਸਕਦੇ ਉਹ Netflix ਇਕੱਲਾ Netflix ਨਹੀਂ ਆਮ ਨਾ ਗਣਾ ਡੀਫੇਮ ਐਨੀਬਾਡੀ ਸਾਰੀ OTT ਪਲੈਟਫਾਰਮ ਸਾਰੀ ਆ ਜਾਂਦੇ ਆ ਉਹ ਚ ਕੱਲਾ Netflix ਨਹੀਂ ਉਹਦੇ ਉੱਪਰ ਕਿੰਨਾ ਕੁਸ਼ੀ ਪਿਆ ਮਤਲਬ ਸਿਨੇਮਾ ਦੀ ਨਿਗਾਹ ਨਾਲ ਮੈਂ ਦੇਖਾਂ ਤਾਂ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਰਿਐਲਿਟੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਲੋਕ ਲਾਈਕ ਵੀ ਕਰਦੇ ਆ ਜੀ ਸਾਡੇ ਗਾਣਿਆਂ ਦੇ ਵਿੱਚ ਇਹ ਤਾਂ ਨਹੀਂ ਹੁੰਦਾ ਘੱਟੋ ਘੱਟ ਕਿ ਡਾਇਰੈਕਟ ਗਾਲਾਂ ਆ ਜਾਂ ਕੋਈ ਆ ਉਦਾਂ ਦੇ ਸੀਨ ਹੈਗੇ ਆ ਜਾਂ ਕੋਈ ਰੇਪ ਸੀਨ ਹੈਗੇ ਆ ਕਿ ਅਨਕੰਫਰਟੇਬਲ ਹੋ ਜਾਣਗੇ ਦੇਖ ਕੇ ਮੇਰਾ ਇੱਕ ਜਨਰ ਹੈ ਕਿ ਥੋੜਾ ਜਿਹਾ ਸਰਦਾਰੀ ਟੱਚ ਇੱਕ ਹੁੰਦਾ ਵੱਡ ਟੱਕ ਵਾਲਾ ਗਾਣਾ ਨਹੀਂ ਕਿ ਚੱਕ ਲਿਆ ਜੀ ਮਾਰਤਾ ਬੰਦਾ ਉਹ ਤਾਂ ਨਹੀਂ ਮੇਰੇ ਗਾਣੇ 'ਚ ਹੁੰਦਾ ਸਰਦਾਰੀ ਵਾਲਾ ਟੱਚ ਜੇ ਮੇਰੇ ਕੋਲੇ ਪਿਸਤੌਲ ਮੈਂ ਤੇ ਮੇਰੀ ਰਫਲ ਰਕਾਨੇ ਕੰਬੀਨੇਸ਼ਨ ਚੋਟੀ ਦਾ ਮਤਲਬ ਮੇਰੇ ਕੋਲੇ ਇਹ ਨਹੀਂਗਾ ਕਿ ਜੇ ਮੇਰੇ ਕੋਲੇ ਪਿਸਤੌਲ ਆ ਤਾਂ ਮੈਂ ਤੁਰੇ ਜਾਂਦਾ ਤੇ ਉਹਦੀ ਰਾਹ ਚ ਮਾਰਦਾ ਹਾਂ ਮੇਰੀ ਚੀਜ਼ ਹੁੰਦੀ ਕਿ ਸੈਲਫ ਡਿਫੈਂਸ ਦੇ ਵਿੱਚ ਇੱਕ ਪਰਸਨੈਲਿਟੀ ਆ ਕਿਸੇ ਵੀ ਕੈਰੇਕਟਰ ਦੀ ਉਹ ਕੈਰੇਕਟਰ ਦੀ ਪਰਸਨੈਲਿਟੀ ਦੇ ਨਾਲ ਗਨ ਵੀ ਸੂਟ ਕਰਦੀ ਆ ਉਹਨੂੰ ਘੋੜੇ ਵੀ ਸੂਟ ਕਰਦੇ ਆ ਉਹਨੂੰ ਗੱਡੀਆਂ ਵੀ ਸੂਟ ਕਰਦੀਆਂ ਉਹਨੂੰ ਉਹ ਰਾਇਲ ਇੱਕ ਬੰਦਾ ਸੋਚ ਕੇ ਮੈਂ ਲਿਖਦਾ ਗਾਣਾ ਕਿ ਕੋਈ ਇੱਕ ਰਾਇਲ ਬੰਦਾ ਉਹ ਕਿੱਦਾਂ ਰਹਿੰਦਾ ਹੋਊਗਾ ਸੋ ਆਈ ਜਸਟ ਪਿਕਚਰਾਈਜ਼ ਦੈਟ ਪਰਸਨ ਇਨ ਮਾਈਂਡ ਸੋ ਇਦਾਂ ਹੀ ਫਿਲਮਾਂ ਜਦੋਂ ਕੋਈ ਲਿਖਦਾ ਸੋ ਮੇਰੇ ਖਿਆ ਪਰਸਨਲੀ ਨਹੀਂ ਲੈ ਕੇ ਜਾਣਾ ਚਾਹੀਦਾ ਲੈ ਮੈਂ ਇਹ ਨਹੀਂ ਕਹੂੰਗਾ ਕਿ ਕੋਈ ਇਫੈਕਟ ਨਹੀਂ ਹੁੰਦਾ ਇੰਡੀਵਿਜੂਅਲੀ ਡਿਪੈਂਡ ਕਰਦਾ ਜਿੱਦਾਂ ਸ਼ੋਲੇ ਫਿਲਮ ਆਈ ਸੀਗੀ ਸਭ ਤੋਂ ਵੱਡੀ ਹਿੱਟ ਫਿਲਮ ਤਾਂ ਬਾਲੀਵੁੱਡ ਦੀ ਸ਼ੋਲੇ ਆ ਨਾ ਹੁੰਦਾ ਗੱਬਰ ਸਿੰਘ ਨੂੰ ਦੇਖ ਕੇ ਕਿੰਨੇ ਕਿਹ ਜਣੇ ਗੱਬਰ ਸਿੰਘ ਬਣ ਗਏ ਯਾ ਦੋਨ ਮੈਂ ਕਿਸੇ ਨੇ ਮੈਂ ਤਾਂ ਨਿੱਕੇ ਹੁੰਦੇ ਨੇ ਦੇਖੀ ਸੀ ਮੈਦਰਾਇਡ ਨੂੰ ਕਿਹਾ ਨਹੀਂ ਮੈਂ ਜਿਹੜੀ ਮੈਂ ਪੜਨਾ ਨਹੀਂ ਮੈਂ ਗੱਬਰ ਸਿੰਘ ਬੰਨਾ ਸੋ ਡਿਪੈਂਡ ਕਰਦਾ ਤੁਹਾਡੀ ਅਪ ਬ੍ਰਿੰਗਿੰਗ ਤੇ ਜੀ ਡਿਪੈਂਡ ਕਰਦਾ ਤੁਸੀਂ ਕਿਦਾਂ ਦੇ ਮਾਹੌਲ 'ਚ ਰਹਿੰਦੇ ਹੋ ਜੇ ਅਸੀਂ ਗਾਣੇ ਚੋਂ ਲੱਤਸੇ ਮੈਂ ਉਹਦੇ ਗਾਣੇ ਚ ਗੰਨ ਨਹੀਂ ਪਾਉਂਗਾ ਹਨਾ ਤਾਂ ਫਿਰ ਮੇਰੇ ਸਭ ਨਾਲ ਨਾ ਇਕੁਅਲ ਹੋਣਾ ਚਾਹੀਦਾ ਸਾਰਾ ਕੁਝ ਫਿਰ ਜਦ ਤੱਕ ਕੰਪਲੀਟਲੀ ਬੈਨ ਕਰੋ ਹਮ ਆਮ ਓਕੇ ਵਿਦ ਇਟ ਯਾ ਆ ਹਵ ਨੋ ਪ੍ਰੋਬਲਮ ਪ੍ਰੋਪਰਲੀ ਹੋਵੇ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਕਿਤੇ ਵੀ ਪਲੇਟਫਾਰਮ ਦੇ ਵਿੱਚ ਕਿਸੇ ਵੀ ਫਿਲਮ ਦੇ ਵਿੱਚ ਕੋਈ ਵੀ ਚੀਜ਼ ਯੂਜ਼ ਨਹੀਂ ਹੋਊਗੀ ਫਿਰ ਉਹ ਡਿਸਪੈਰਟੀ ਨਹੀਂ ਹੋਣੀ ਚਾਹੀਦੀ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਯੂ ਯੂਜ਼ਿੰਗ ਦਾ ਗਨਸ ਹਣਾ ਇੱਕ ਬੰਦਾ 100 100 ਬੰਦੇ ਨੂੰ ਮਾਰ ਰਿਹਾ ਫਿਲਮਾਂ ਚ ਦੈਟਸ ਓਕੇ ਯਾ ਪਰ ਗਾਣੇ ਚ ਜੇ ਕਿਸੇ ਨੇ ਗਨ ਦਿਖਾਤੀ ਦੈਟਸ ਬੈਡ ਯਾ ਉਹ ਨਹੀਂ ਹੋਣਾ ਚਾਹੀਦਾ ਸੋ ਮੇਰੇ ਲਈ ਸਿੰਪਲ ਥਿਉਰੀ ਹੈ ਜੇ ਤੁਸੀਂ ਕਹੋਗੇ ਕਿ ਭਾਈ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਸਾਰਿਆਂ ਲਈ ਰੂਲ ਲਾਓ ਅਸੀਂ ਵੀ ਵਿੱਚ ਆਵਾਂਗੇ ਜੀ ਮੈਂ ਤਾਂ ਮੇਰਾ ਦਾ ਸਭ ਤੋਂ ਵੱਡਾ ਹਿੱਟ ਗਾਣਾ ਮੇਰੇ ਕੈਰੀਅਰ ਦਾ ਟਰੈਂਡਿੰਗ ਨਖਰਾ 10 ਰੋਮਾਂਟਿਕ Song ਡੈਫੀਨਿਟਲੀ ਸੋ ਆ ਡੋਨਟ ਹੈਵ ਐਨੀ ਪ੍ਰੋਬਲਮ ਵਿਦ ਦੈਟ ਜੇ ਕਾਲਮ ਕੋ ਮੈਨੂੰ ਕਹੂਗਾ ਕਿ ਯਾਰ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਰੂਲ ਆਉਂਦਾ ਕਿ ਯਾਰ ਤੁਸੀਂ ਗਨ ਤੇ ਗਾਣਾ ਗਾ ਹੀ ਨਹੀਂ ਸਕਦੇ ਆ ਰੋ ਹਾਵ ਨੀ ਪ੍ਰੋਬਲਮ ਬਟ ਮੇਕ ਸ਼ੋਰ ਕਿ ਉਹ ਸਾਰਿਆਂ ਲਈ ਰੂਲ ਹੋਣਾ ਚਾਹੀਦਾ ਇਕੁਅਲ ਹੋਵੇ ਹਾਂ ਕੱਲੀ ਮਤਲਬ ਇੱਕ ਪੰਜਾਬੀ ਸਿੰਗਰ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹਾਂਜੀ ਫਿਲਮਾਂ ਵਾਲਿਆਂ ਨੂੰ ਵੀ ਫਿਰ ਕਰਨਾ ਚਾਹੀਦਾ ਟਾਰਗੇਟ ਜਿਹੜੇ ਕੋਈ ਵੀ ਆ ਕੋਈ ਬਾਲੀਵੁੱਡ ਦਾ ਹਾਲੀਵੁੱਡ ਦਾ ਕੋਈ ਫਿਲਮ ਇਥੇ ਰਿਲੀਜ਼ ਹੁੰਦੀ ਆ ਉਹੀ ਫਿਲਮਾਂ ਰਿਲੀਜ਼ ਹੋਣ ਜਿਸ ਗਨ ਕਲਚਰ ਹੈ ਨਹੀਂ ਜੀ ਉੱਥੇ ਤਾਂ ਉਹ ਮੈਂ ਦੇਖਦਾ ਆ ਡੋਨਟ ਵਨ ਡੀਫੇਮ ਐਨੀ ਥਿੰਗ ਉਹ ਤਾਂ ਗਨ ਕੱਢਦੇ 100 ਬੰਦਾ ਖੜਾ ਹੁੰਦਾ 100 ਦਾ 100 ਆਹੀਂ ਨੌ ਗੋਲੀਆਂ ਨਾਲ 100 ਬੰਦਾ ਮਾਰ ਦਿੰਦੇ ਆ ਹੂੰ ਉਹ ਰੀਅਲ ਲੱਗਦਾ ਉੱਥੇ ਆਪਾਂ ਪਾਪਕੌਨ ਪਾਪਕੌਨ ਖਾਣ ਨਾਲੇ ਤਾੜੀਆਂ ਮਾਰਦੇ ਆ ਰਏ ਯਾ ਯਾ ਸੋ ਆਵਨਾ ਸੇਜ਼ ਕਿ ਯੂ ਹੈਵ ਟੂ ਬੀ ਇਕੁਅਲ ਯਾ ਸੋ ਇਹ ਚੀਜ਼ ਯਾ ਮੇਰੀ ਇਹ ਥੋਟ ਆ ਦੇਖੇ ਸੋ ਆਪਾਂ ਗੱਲ ਕਰ ਰਹੇ ਸੀ ਗੀ ਗਨ ਵਾਇਲੈਂਸ ਆਲ ਦੈਟ ਦੈਟਸ ਸਮਥਿੰਗ ਵੈਰੀ ਅਨਕਲੀਅਰ ਰਾਈਟ ਨਾਓ ਬਟ ਇਸ ਦੇ ਨਾਲ ਹੀ ਅ ਅਕਸਰ ਕਿਹਾ ਜਾਂਦਾ ਹੈ ਕਿ ਚੰਗੇ ਗੀਤ ਨਹੀਂ ਆ ਰਹੇ ਹੁਣ ਚੰਗੇ ਗੀਤ ਕੀ ਹੁੰਦੇ ਨੇ ਅਮਰਿਤ ਤੁਸੀਂ ਮੈਨੂੰ ਦੱਸੋ ਖੁਸ ਤੁਸੀਂ ਖੁਦ ਲੇਖਕ ਹੋ ਜਿਹੜਾ ਗੀਤ ਦੇਖੋ ਜੇ ਕੋਈ ਗਾਣਾ ਹਟਾ ਜੀ ਤਾਂ ਉਹ ਹਿੱਟ ਕੀ ਨਹੀਂ ਕੀਤਾ ਆਡੀਅנס ਜੇ ਮੇਰਾ ਕੋਈ ਗਾਣਾ ਆਉਂਦਾ ਮੈਂ ਘਰੇ ਘਰੇ ਜਾ ਕੇ ਇਹ ਤਾਂ ਕਹਿ ਨਹੀਂ ਸਕਦਾ ਜੀ ਮੇਰਾ ਨਾਮ ਅਮਰਤਮਨ ਆ ਆ ਮੇਰਾ ਗਾਣਾ ਅੱਜ ਤੋਂ ਬਾਅਦ ਮੈਨੂੰ ਤੁਸੀਂ ਹਿੱਟ ਹਿੱਟ ਕਿਹਾ ਕਰੋ ਜੀ ਰਾਈਟ ਆਡੀਅנס ਨੇ ਡਿਸਾਈਡ ਕਰਨਾ ਆਡੀਅנס ਨੇ ਡਿਸਾਈਡ ਕਰਨਾ ਜੇ ਉਹ ਨਹੀਂ ਗਾਣਾ ਚੰਗਾ ਤਾਂ ਫਿਰ ਉਹ ਹਰ ਇੱਕ ਵਿਆਹ ਚ ਕਿਉਂ বাজਦਾ ਲੋਕ ਇੰਜੋਏ ਕਿਉਂ ਕਰਦੇ ਔਡੀਅেন্স ਇੰਜੋਏ ਕਰਦੀ ਹੈ ਤਾਂ ਆਰਟਿਸਟ ਦਾ ਵਜੂਦ ਆ ਜੀ ਔਡੀਅেন্স ਤੋਂ ਬਿਨਾ ਆਰਟਿਸਟ ਕੁਛ ਹੈ ਹੀ ਨਹੀਂ ਸੋ ਚੰਗਾ ਮਾੜਾ ਗੀਤ ਮੈਂ ਆਪਾਂ ਕੌਣ ਹੁੰਨੇ ਆ ਡਿਸਾਈਡ ਕਰਨ ਵਾਲੇ ਔਡੀਅেন্স ਆ ਜੀ ਸੋ ਉਹਨਾਂ ਤੇ ਛੱਡਣੀ ਚਾਹੀਦੀ ਇਹ ਗੱਲ ਉਹੀ ਵੱਧੇ ਮੇਰੇ ਹਿਸਾਬ ਨਾਲ ਨਾ ਕਿਸੇ ਵੀ ਚੀਜ਼ ਨਾਲੋਂ ਵੱਧ ਔਡੀਅেন্স ਨੂੰ ਜੱਜ ਕਰਨਾ ਚਾਹੀਦਾ ਔਡੀਅেন্স ਦਾ ਰਿਵਿਊ ਮੈਟਰ ਕਰਦਾ ਉਹਨਾਂ ਲਈ ਹੀ ਆਪਾਂ ਕੰਮ ਕਰਦੇ ਆ ਐਂਟਰਟੇਨਮੈਂਟ ਫੀਲਡ ਖਾਸ ਤੌਰ ਤੇ ਐਂਟਰਟੇਨਮੈਂਟ ਦਾ ਮਤਲਬ ਕਿ ਅਸੀਂ ਐਂਟਰਟੇਨ ਕਰਦੇ ਆ ਉਹਨਾਂ ਨੂੰ ਸੋ ਇਹ ਚੀਜ਼ ਆ ਸੀਰੀਅਸ ਗੱਲਾਂ ਤੋਂ ਥੋੜਾ ਸਾਈਡ ਤੇ ਹਟ ਗਿਆ ਨਵਾਂ ਗੀਤ ਆਇਆ ਥੋੜਾ ਇਦਾਂ ਨਹੀਂ ਆ ਯੂਵ ਕਲੈਬੋਰੇਟਡ ਵਿਦ ਹਿਮਾਂਚੀ ਕੁਰਾਨਾ ਇਕ ਵਾਈ ਫਿਰ ਤੋਂ ਆ ਕਿਵੇਂ ਗੀਤ ਦਾ ਕੀ ਪਰਪਸ ਹੈ ਕਦੋਂ ਆਇਆ ਗੀਤ ਕਿਸ ਲੇਬਲ ਦੇ ਨਾਲ ਆਇਆ ਹੈ ਕੱਲ੍ਹ ਰਿਲੀਜ਼ ਹੋਇਆ ਜੀ ਬੈਂਗ 뮤직 ਲੇਬਲ ਆ ਸਾਡੇ ਭਰਾਵਾਂ ਦੀ ਲੇਬਲ ਆ ਸੀ ਪਹਿਲਾਂ ਇਕੱਠੇ ਸੀਗੇ ਹੁਣ ਸਾਡੇ ਦੋ ਲੇਬਲ ਆ ਬੈਂਗ 뮤직 ਪੰਪ ਬੀਟਸ ਇੱਕਠੇ ਹੀ ਅਸੀਂ ਸਾਰੇ ਭਰਾਵਾਂ ਵਾਂਗੂ ਰਹਿੰਦੇ ਹਾਂ ਸੋ ਉਹਨਾਂ ਨੇ ਕਿਹਾ ਕਿ ਗਾਣਾ ਸਾਨੂੰ ਪਸੰਦ ਦਾ ਸੀ ਕਰਦੇ ਆ। ਕੁਹਿਮੀਆ ਭਾਜੀ ਉਸ ਦਾ Song ਐਂਡ ਹਿਮੰਸ਼ੀ ਇਸ ਆਲਸੋ ਇੰ ਦਾ Song। ਸੋ ਮੈਂ ਤੇ ਹਿਮੰਸ਼ੀ ਨੇ ਤੀਜਾ ਗਾਣਾ ਸਾਡਾ ਪੈਕ ਦੀ ਬਾਸ਼ਨਾ ਤੇ ਕੋਲਰ ਬੋਨ ਹਿੱਟ ਹੋਏ। ਸੋ ਤੀਜੀ ਵਾਰ ਅਸੀਂ ਇਦਾਂ ਨਹੀਂ ਕਰਿਆ। ਸੋ ਗਾਣਾ ਵਧੀਆ ਚੱਲ ਰਿਹਾ। ਯਾ ਯਾ। ਗੀਤਾਂ ਦੀ ਜਦ ਗੱਲ ਕਰਦੇ ਆ ਨਵਾਂ ਕੁਝ ਲੈ ਕੇ ਆਉਣਾ ਆਪਾਂ ਥੋੜੀ ਬਹੁਤੀ ਗੱਲ ਸਟਾਰਟਿੰਗ ਦੇ ਵਿੱਚ ਵੀ ਕੀਤੀ ਸੀ। ਕੁਝ ਨਵਾਂ ਲੈ ਕੇ ਆਉਣਾ, ਕੁਝ ਨਵਾਂ ਲਿਖਣਾ। ਇਹ ਐਜ਼ ਅ ਰਾਈਟਰ ਐਂਡ ਐਜ਼ ਅ ਸਿੰਗਰ ਕਿੰਨਾ ਕੋਖਾ ਐ ਐਂਡ you know you have to bring something new to the table um dekho hanji challenging hai ga cuz je tusi khud likhde ho ta dekho shabd vi nahi tusi repeat kar sakde hmm. words nahi repeat kar sakde composition nahi repeat kar sakde and uh, je tusi is field ch survive karna ta thonu changge gaane jo audience nu changge laggan oh karne paine so changge maade da koi parameter nahi hai ga main kama ke aag mera gaana je main ae likhan ta chal jauga audience ne decide karna yeah, yeah it's challenging but if you're working in this field mana you have to be had strong and keep on working ikkal main jaro thu <laughs> nu puchna chahungi cuz you're a writer as well and to nu 6 saal ho gaye you've didn't really really well so on in that terms flop gana jadon thoda jada katt chalda hai mm -hmm. apa flop keh dende ha but i don't think that's uh, a fair statement uh, flop geet to baad pressure hunda hai ja hit geet to baad pressure hunda hai as an artist dono vele hi hunda ji <laughs> ਜੇ ਗਾਣਾ ਨਹੀਂ ਵਕੀਤਾ ਤਾਂ ਤੁਸੀਂ ਯੂ ਹੈਵ ਟੂ ਗੈਟ ਬੈਕ ਟੂ ਦ ਡਰਾਇੰਗ ਬੋਰਡ ਐਂਡ ਦੇਖਣਾ ਪੈਣਾ ਕਿ ਕਿੱਥੇ ਪ੍ਰੋਬਲਮ ਰਹੀ। ਹੂੰ। ਵੈਸੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਗਾਣਾ ਕਿਉਂ ਨਹੀਂ ਚੱਲਿਆ ਪਰ ਤੁਹਾਨੂੰ ਰਿਵਿਊ ਲੈਣੇ ਚਾਹੀਦੇ ਆ ਕਿ ਕੀ ਇਸ ਗਾਣੇ ਦੀ ਵੀਡੀਓ ਨਹੀਂ ਸੀ ਅੱਛੀ? ਕੀ ਇਸ ਗਾਣੇ ਦੇ ਲਿਰਿਕਸ ਨਹੀਂ ਸੀ ਅੱਛੇ? ਕੰਪੋਜੀਸ਼ਨ ਨਹੀਂ ਸੀ ਅੱਛੀ? ਮੈਲੋਡੀ ਨਹੀਂ ਸੀ ਅੱਛੀ? ਸੋ ਉਦੋਂ ਵੀ ਪ੍ਰੈਸ਼ਰ ਹੁੰਦਾ। ਹਿੱਟ ਗਾਣੇ ਤੇ ਬਹੁਤ ਹੀ ਹੁੰਦਾ ਤੁਸੀਂ ਮੇਨਟੇਨ ਕਰਨਾ। ਜੇ ਹੁਣ ਮੇਰਾ ਕੋਈ ਗਾਣਾ ਸੁਪਰ ਹਿੱਟ ਹੁੰਦਾ ਤਾਂ ਅਗਲਾ ਗਾਣਾ ਉਹ ਤੋਂ ਹਟਕੇ ਹੋਣਾ ਚਾਹੀਦਾ। ਹਮ ਐਕਸਪੈਕਟੇਸ਼ਨ ਦਾ ਜਿਹੜਾ ਬਾਹਰ ਆ ਸਟੈਂਡਰਡ ਉਹ ਹਾਈ ਹੋ ਜਾਂਦਾ ਦੋਨਾਂ ਚੀਜ਼ਾਂ ਵੇਲੇ ਪ੍ਰੈਸ਼ਰ ਰਹਿੰਦਾ ਆਰਟਿਸਟ ਤੇ ਬਹੁਤ ਜ਼ਿਆਦਾ ਸੋ ਆਈ ਕੈਨ ਅੰਡਰਸਟੈਂਡ ਕਿ ਉਸ ਮੈਂ ਲੇਰਿਸਟ ਮੈਂ ਜਿਹੜੇ ਲੇਰਿਸਟ ਮੇਰੇ ਭਰਾ ਹੋਰ ਨੇ ਉਹਨਾਂ ਦੀ ਮੈਂ ਚੀਜ਼ ਬਹੁਤ ਫੀਲ ਕਰਦਾ ਹੁੰਦਾ ਕਿ ਹਰ ਵਾਰ ਡਿਫਰੈਂਟ ਚੀਜ਼ ਲੈ ਕੇ ਆਉਂਦੇ ਆ ਸੋ ਸੁਣਨ ਵਾਲੇ ਨੇ ਤਾਂ ਵਿਦਨ 10 ਸੈਕਿੰਡਸ 20 ਸੈਕਿੰਡਸ ਮੈਕਸਿਮਮ ਕਹਿ ਦੇਣਾ ਕਿ ਹੋਰ ਗੱਲ ਨਹੀਂ ਬਣੀ ਯਾ ਉਹਦੇ ਪਿੱਛੇ ਕਿੰਨੀ ਮਿਹਨਤ ਆ ਵੀਡੀਓਜ਼ ਕਿੰਨਾ ਖਰਚਾ ਬਜਟ ਯੂ نو ਹਰ ਇੱਕ ਬੰਦੇ ਦੀ ਵੀਡੀਓ ਵਾਲੇ ਦੀ ਅੱਡ ਮਿਹਨਤ ਆ ਮਿਊਜ਼ਿਕ ਪ੍ਰੋਡਿਊਸਰ ਦੀ ਅੱਡ ਮਿਹਨਤ ਆ ਜਿਹੜਾ ਲੇਬਲ ਉਤੇ ਸਪੈਂਡ ਕਰ ਰਿਆ ਉਹਦਾ ਅੱਡ ਪੈਸਾ ਸਟੇਕ ਤੇ ਹੁੰਦਾ ਆ ਜੀ ਸੋ ਇਟਸ एवरीथिंग ਇਜ਼ ਯੂ نو ਵੈਰੀ ਸੌਖਾ ਨਹੀਂ ਗਾ ਇਟਸ ਅ ਪ੍ਰੋਸੈਸ ਯਾ ਸਾਨੂੰ ਪ੍ਰੋਸੈਸ ਅਥਰੂ ਜਾਣਾ ਪੈਂਦਾ ਐਂਡ ਜਾਣਾ ਪੈਣਾ ਵੀ ਆ ਕੁਝ ਲੋਕ ਸਾਨੂੰ ਪਿਆਰ ਵੀ ਤਾਂ ਦਿੰਦੇ ਆ ਨਾ ਸੋ ਇੰਨਾਕ ਤਾਂ ਅਸੀਂ ਔਖੇ ਤਾਂ ਕਿ ਮਤਲਬ ਬਾਣ ਨਾਲੇ ਜਿਹੜੀ ਡਿਊਟੀਆਂ ਨਿਭਾਉਣੇ ਆਪਦੀ ਆਫ ਕਰਸ ਮੈਂ ਫਨ ਨੂੰ ਇੱਥੇ ਪੋਸ ਕਰਨਾ ਚਾਹੂੰਗੀ ਆਈ ਵਾਂਟ ਟੂ ਲਿਸਨ ਟੂ ਹਿਸ Song ਇਦਾਂ ਤਾਂ ਹੋਣੀ ਸਦਾ ਕਿ ਅਮਰਿਤ ਮਾਨ ਮੇਰੇ ਸਾਹਮਣੇ ਬੈਠੇ ਹੋਣ ਤੇ ਮੈਂ ਉਹਨਾਂ ਤੋਂ ਗੀਤ ਨਾ ਗਵਾਵਾਂ ਸੋ ਮੈਨੂੰ ਕੰਬੀਨੇਸ਼ਨ ਗਾਣਾ ਮੈਂ ਬਹੁਤ ਜ਼ਿਆਦਾ ਸੁਣਿਆ ਹੈ ਮੈਨੂੰ ਪਤਾ ਥੋੜਾ ਕੰਟਰੋਵਰਸ਼ਨਲ ਥੋੜਾ ਗੀਤ ਸਿਗਾ ਬਟ ਮੈਂ ਸੁਣਨਾ ਜ਼ਰੂਰ ਚਾਹੂੰਗੀ ਪੰਜ ਪੰਜ ਲੱਖ ਦੇ ਸੂਟ ਰਕਾਂ ਨੇ ਬਦਲ ਬਦਲ ਕੇ ਪਾਉਣੀ ਐ ਡੈਸ਼ ਬੋਰਡ ਤੇ ਮੌਜ਼ਰ ਰੱਖ ਕੇ ਟਾਊਨ ਦਾ ਗੇੜਾ ਲਾਉਣੀ ਐ ਕਦ ਮੈਸ ਨਿਸ਼ਨਾ ਹੁੰਦਾ ਨਾ ਤੇਰੀ ਬਿੱਲੀ ਅੱਖ ਮੋਟੀ ਦਾ ਮੈਂ ਤੇ ਮੇਰੀ ਰਫਲ ਰਕਾ ਨਹੀਂ ਕੰਬੀਨੇਸ਼ਨ ਚੋਟੀ ਦਾ ਰੋਂਦਾ ਵਰਗਾ ਨਿਚਰ ਜੱਟ ਦਾ ਚੁਣ ਚੁਣ ਵੈਰੀ ਠੋਕੀ ਦਾ ਸੋ ਨਾਈਸ ਇਟ ਸਾਊਂਡਸ ਐਗਜ਼ੈਕਟਲੀ ਲਾਈਕ ਦੀ ਰਿਕਾਰਡਿੰਗ ਇਟ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦ ਐਗਜ਼ੈਕਟਲੀ ਸੇਮ ਸਾਊਂਡ ਹੁੰਦਾ ਹੈ ਸੋ ਵੈਰੀ ਨਾਈਸ ਥੈਂਕ ਯੂ